ਲੁਧਿਆਣਾ ਸਮੂਹਿਕ ਜਬਰ ਜਨਾਹ ਦੇ ਦੋਸ਼ੀਆਂ ਨੂੰ ਜਲਦ ਮਿਲੇ ਸਜ਼ਾ। ਭਗਵੰਤ ਮਾਨ। ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ ਭਗਵੰਤ ਮਾਨ ਦਾ ਕਹਿਣਾ ਹੈ ਕਿ ਲੁਧਿਆਣਾ ਸਮੂਹਿਕ ਜਬਰ ਜਨਾਹ ਦੇ ਦੋਸ਼ੀਆਂ ਨੂੰ ਜਲਦ ਤੋਂ ਜਲਦ ਸਜ਼ਾ ਮਿਲਣੀ ਚਾਹੀਦੀ ਹੈ ਤਾਂ ਜੋ ਅੱਗੇ ਤੋਂ ਕੋਈ ਵੀ ਅਜਿਹੀ ਘਿਨੌਣੀ ਹਰਕਤ ਨੂੰ ਅੰਜਾਮ ਨਾ ਦੇ ਸਕੇ। ਇਸ ਮੌਕੇ ਉਹਨਾਂ ਸ਼੍ਰੋਮਣੀ ਅਕਾਲੀ ਦਲ ਉੱਪਰ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਅਕਾਲੀ ਦਲ ਕੋਲ ਕੋਈ ਵੀ ਮੁੱਦਾ ਨਹੀਂ ਹੈ। ਬਹੁਤ ਹੀ ਚਿੰਤਾਜਨਕ ਅਤੇ ਸ਼ਰਮਨਾਕ ਗੱਲ ਹੈ ਕਿ ਪੰਜਾਬ ਦੀ ਧਰਤੀ, ਪੰਜਾਬ ਦੇ ਜਿਹੜੇ ਲੋਕ ਨੇ, ਸਾਡੇ ਪੁਰਖੇ ਜਿਹੜੇ ਨੇ, ਉਹ ਲੋਕਾਂ ਦੀਆਂ ਧੀਆਂ ਭੈਣਾਂ ਦੀਆਂ ਇੱਜ਼ਤਾਂ ਬਚਾਉਣ ਲਈ ਜਾਣੇ ਜਾਂਦੇ ਸੀ। ਅੱਜ ਪੰਜਾਬ ਦੀ ਧਰਤੀ 'ਤੇ ਇਹੋ ਜਿਹੇ ਘਿਨੌਣੇ ਕਾਰੇ ਹੋ ਰਹੇ ਨੇ, ਸਖਤ ਸ਼ਬਦਾਂ ਦੇ ਵਿੱਚ ਅਸੀਂ ਨਿਖੇਧੀ ਕਰਦੇ ਹਾਂ ਅਤੇ ਨਾਲ ਸਰਕਾਰ ਨੂੰ ਵੀ ਇਹ ਕਹਿੰਦੇ ਹਾਂ ਕਿ ਇਮੀਜੀਏਟਲੀ ਕਾਰਵਾਈ ਕਰੋ ਔਰ ਮਿਸਾਲੀ ਜਿਹੜੀ ਸਜ਼ਾ ਮਿਲਣੀ ਚਾਹੀਦੀ ਹੈ ਤਾਂ ਕਿ ਭਵਿੱਖ ਦੇ ਵਿੱਚ ਕੋਈ ਇਹੋ ਜਿਹਾ ਜਿਹੜੇ ਦਰਿੰਦੇ ਨੇ ਉਹ ਇਹੋ ਜਿਹੀ ਕਰਤੂਤ ਕਰਨ ਤੋਂ ਪਹਿਲਾਂ 100 ਵਾਰੀ ਸੋਚਣ। ਅਕਾਲੀ ਨੇ ਜਿਹੜੇ ਹੁਣ ਕਹਿੰਦੇ ਨੇ ਵੀ ਟੀਚਰਾਂ ਦਾ ਸਨਮਾਨ ਹੋਣਾ ਚਾਹੀਦਾ, ਠੀਕ ਹੈ ਨਾ। ਸੋ ਜਦੋਂ ਸੱਤਾ 'ਚ ਹੁੰਦੇ ਨੇ ਉਦੋਂ ਜਿਹੜੇ ਇਹਨਾਂ ਦੇ ਤੇਵਰ ਹੋਰ ਹੋ ਜਾਂਦੇ ਨੇ, ਜਦੋਂ ਵਿਰੋਧੀ ਧਿਰ 'ਚ ਹੁੰਦੇ ਨੇ। ਲੈ ਹੁਣ ਕਿਸਾਨਾਂ ਨੂੰ ਲੈ ਕੇ, ਕਿਸਾਨਾਂ ਦੇ ਕਰਜ਼ਿਆਂ ਨੂੰ ਲੈ ਕੇ ਅਕਾਲੀ ਦਲ ਜਿਹੜਾ ਉਹ ਧਰਨੇ ਦੇ ਰਿਹਾ। ਹਾਸੋਹੀਣੀ ਗੱਲ ਨਹੀਂ ਹੈਗੀ ਇਹ। 10 ਸਾਲ ਉਹਨਾਂ ਨੇ ਕਿਸਾਨਾਂ ਨੂੰ ਲੁੱਟਿਆ, 10 ਸਾਲ ਉਹਨਾਂ ਦੇ ਰਾਜ ਦੇ ਵਿੱਚ ਕਿਸਾਨਾਂ ਦੇ ਡਾਂਗਾਂ ਪਈਆਂ ਨੇ। ਕਦੇ ਬਠਿੰਡੇ ਟ੍ਰੇਨਾਂ ਘੇਰੀਆਂ ਨੇ, ਬਠਿੰਡੇ 'ਚ ਕੁਟਾਪਾ ਹੋਇਆ, ਪਟਿਆਲੇ ਘੇਰੀਆਂ, ਪਟਿਆਲੇ ਕੁਟਾਪਾ ਹੋਇਆ, ਚੰਡੀਗੜ੍ਹ ਕਿੰਨੀ ਵਾਰੀ ਭੁੱਖ ਹੜਤਾਲਾਂ ਹੋਈਆਂ, ਰਾਜੋਵਾਲ ਸਾਹਿਬ ਜਾਂ ਹੋਰ ਜਿਹੜੇ ਕਿਸਾਨ ਯੂਨੀਅਨ ਨੇ, ਉਦੋਂ ਕਿਹਨਾਂ ਦਾ ਰਾਜ ਸੀਗਾ? ਉਦੋਂ ਕਹਿੰਦੇ ਸੀ ਮਿਲਣਾ ਨਹੀਂ, ਉਦੋਂ ਕਹਿੰਦੇ ਸੀ ਕੋਈ ਕੋਈ ਐਸੀ ਗੱਲ ਨਹੀਂ। ਸੋ ਇਸ ਕਰਕੇ ਇਕੱਲੀ ਵਿਰੋਧੀ ਧਿਰ 'ਚ ਆ ਕੇ ਅਕਾਲੀ ਦਲ ਹੁਣ ਲੱਭਦਾ ਫਿਰਦਾ ਕੋਈ ਮੁੱਦਾ ਇਹੋ ਜਿਹਾ ਮਿਲ ਜਾਵੇ ਜਿਹਦੇ ਨਾਲ ਸਾਨੂੰ ਡੁੱਬਦੇ ਨੂੰ ਕੋਈ ਤਿਣਕੇ ਦਾ ਸਹਾਰਾ ਮਿਲ ਜਾਵੇ। ਪਰ ਉਹ ਨਹੀਂ ਮਿਲਣ ਵਾਲਾ, ਕਿਉਂਕਿ ਗੁਰੂ ਸਾਹਿਬ ਦੀ ਬੇਅਦਬੀ ਕੀਤੀ ਹੈ, ਗੁਰੂ ਸਾਹਿਬ ਆਪ ਸਜ਼ਾ ਦੇਣਗੇ, ਇਹ ਇਕੱਲੇ ਰਹਿ ਜਾਣਗੇ ਹੁਣ।